ਸੈਨਿਕ ਦਿੱਤੀ ਬਣੀ ਫੌਜ ਚ ਲੈਫਟੀਨੈਂਟ। ਮੇਰੀ ਧੀ ਨੇ ਸਾਡੇ ਹਲਕੇ ਦਾ ਬਹੁਤ ਵੱਡਾ ਮਾਣ ਹੈ, ਨਾਮ ਰੋਸ਼ਨ। ਠੀਕ ਹੈ, ਬਹੁਤ ਪਤੀ ਦੀ ਮੌਤ ਤੋਂ ਬਾਅਦ ਹਾਸਲ ਕੀਤਾ ਮੁਕਾਮ। I have decided to don the same olive green of my husband to replicate him so that my kids will also be proud one day that their mother has done something after their father. ਘਰ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ। ਜੇਕਰ ਤਾਜ਼ਾ ਗੱਲ ਕੀਤੀ ਜਾਵੇ ਤਾਂ ਹੁਣ ਜੋ ਲੈਫਟੀਨੈਂਟ ਬਣ ਕੇ ਪੰਜਾਬ ਦੀ ਇੱਕ ਧੀ ਨੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਦੱਸ ਦਈਏ ਕਿ ਊਸ਼ਾ ਰਾਣੀ ਜੋ ਕਿ ਪੰਜਾਬ ਦੇ ਜੀਰਕਪੁਰ ਦੀ ਰਹਿਣ ਵਾਲੀ ਹੈ ਤੇ ਉਸਨੇ ਪੂਰੇ ਪੰਜਾਬ ਦਾ ਹੁਣ ਮਾਣ ਵਧਾਇਆ। ਦੱਸ ਦਈਏ ਕਿ ਹੁਣ ਇਸ ਧੀ ਦੇ ਵੱਲੋਂ ਆਰਮੀ ਦੇ ਵਿੱਚ ਲੈਫਟੀਨੈਂਟ ਦਾ ਅਹੁਦਾ ਹਾਸਲ ਕੀਤਾ। ਇਸ ਮੌਕੇ ਤੇ ਆਪਣੇ ਘਰ ਪਹੁੰਚਣ ਦੇ ਉੱਤੇ ਊਸ਼ਾ ਰਾਣੀ ਦਾ ਭਰਵਾਂ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਊਸ਼ਾ ਰਾਣੀ ਦਾ ਪਤੀ ਵੀ ਫੌਜ ਦੇ ਵਿੱਚ ਇੱਕ ਵੱਡੇ ਲੈਵਲ ਦੇ ਉੱਤੇ ਅਧਿਕਾਰੀ ਸੀ, ਜਿਸ ਦੀ ਕਿ ਸੜਕ ਹਾਦਸੇ ਦੇ ਵਿੱਚ 2020 'ਚ ਮੌਤ ਹੋ ਗਈ ਸੀ ਤੇ ਹੁਣ ਇਸ ਧੀ ਨੇ ਖੁਦ ਆਪਣੀ ਮਿਹਨਤ ਦੇ ਉੱਤੇ ਫੌਜ ਦੇ ਵਿੱਚ ਲੈਫਟੀਨੈਂਟ ਦਾ ਅਹੁਦਾ ਹਾਸਲ ਕੀਤਾ। ਇਸ ਮੌਕੇ ਤੇ ਗੱਲਬਾਤ ਕਰਦਿਆਂ ਊਸ਼ਾ ਰਾਣੀ ਨੇ ਕਿਹਾ ਕਿ ਜੇਕਰ ਮਨ ਦੇ ਵਿੱਚ ਸੱਚੀ ਲਗਨ ਹੋਵੇ, ਮਿਹਨਤ ਕਰਨ ਦਾ ਜਨੂਨ ਹੋਵੇ ਤਾਂ ਹਰ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣਾ ਕੋਈ ਵੀ ਟਾਰਗੇਟ ਸੈੱਟ ਕਰ ਲੈਂਦੇ ਹੋ ਤਾਂ ਉਸਦੇ ਪਿੱਛੇ ਤੁਹਾਨੂੰ ਮਿਹਨਤ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਣੀ ਚਾਹੀਦੀ ਤੇ ਠੀਕ ਬਿਲਕੁਲ ਉਸਨੇ ਵੀ ਅਜਿਹਾ ਹੀ ਕੀਤਾ। ਦੱਸ ਦਈਏ ਕਿ ਇਸ ਮੌਕੇ ਤੇ ਊਸ਼ਾ ਰਾਣੀ ਨੇ ਕਿਹਾ ਕਿ ਅੱਜ ਉਸਨੇ ਜੋ ਵੀ ਮੁਕਾਮ ਹਾਸਲ ਕੀਤਾ ਉਸਦੀ ਸਫਲਤਾ ਦੇ ਪਿੱਛੇ ਉਸਦੇ ਪਰਿਵਾਰ ਦਾ ਹੱਥ ਹੈ। And in between we blessed with twins, I have two sons, and after that I have decided to don the same olive green of my husband to replicate him so that my kids will also be proud one day that their mother has done something after their father. And how I have started, because my parents, my family, my relatives, they all supported me a lot throughout my journey. And the next is I have done the training of 11 months at OTA Chennai. And after the completion of training, I passed out on 7th of September 2024. Okay. And after my husband's death, I have completed BA. I have taken coaching in the PK Arjun College, Ambala City. Okay. And after BA, I joined the army school. I was teaching there. And with that, I was preparing for the SSB also. I got recommendation from the 18 SSB Allahabad, from the same center from which my husband also got the recommendation. And on 29th September, I joined the academy. It was the same day when I got married to my husband. 29th September, it was our marriage anniversary date. And now I'm here. I'm feeling very proud and want to motivate other V9s, other widows also. If you want to do something in your life, just come out from your home and give your best and stay positive. And there is nothing impossible in life. You can do whatever you want to do in your life. And just stay positive. ਅੱਜ ਮੇਰੇ ਲਈ ਔਰ ਮੇਰੇ ਹਲਕੇ ਡੇਰਾਬੱਸੀ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਸਾਡੀ ਇਸ ਬੇਟੀ ਨੇ ਊਸ਼ਾ ਨੇ ਲੈਫਟੀਨੈਂਟ ਦਾ ਰੈਂਕ ਜਿਹੜਾ ਪ੍ਰਾਪਤ ਕੀਤਾ। ਇਸ ਕਰਕੇ ਹਲਕੇ ਦਾ ਨਹੀਂ ਪੰਜਾਬ ਦਾ ਮਾਣ ਵਧਾਇਆ ਨੇ ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਡੀ ਇਹ ਬੇਟੀ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਿਹਾ। ਸਾਡੇ ਇਸ ਭਰਾ ਔਰ ਭੈਣ ਨੂੰ ਕਿੰਨੀ ਖੁਸ਼ੀ ਹੋਊਗੀ ਦੱਸ, ਕਿੰਨੇ ਸਾਲਾਂ ਬਾਅਦ ਫਿਰ ਇਸ ਘਰ ਦੇ ਅੰਦਰ ਦੁਬਾਰਾ ਇੱਕ ਖੁਸ਼ੀ ਦਾ ਮਾਹੌਲ ਬਣਿਆ। ਡੇਰਾਬੱਸੀ ਹਲਕੇ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ, ਧੰਨਵਾਦ।